a South Asian Canadian channel. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਗੰਨੇ ਦੀ ਕੀਮਤ 360 ਰੁਪਏ ਪ੍ਰਤੀ ਕੁਇੰਟਲ ਐਲਾਨ ਕੀਤੀ ਹੈ ਜੋ ਕਿ ਗਵਾਂਢੀ ਰਾਜ ਹਰਿਆਣਾ ਤੋਂ 2 ਰੁਪਏ ਜ਼ਿਆਦਾ ਹੈ ਇਹ ਕੀਮਤ ਇਸ ਸੀਜ਼ਨ ਤੋਂ ਉਪਲਬਧ ਹੋਵੇਗੀ ਇਸ ਤੋਂ ਬਾਅਦ ਕਿਸਾਨਾਂ ਨੇ ਜਲੰਧਰ ਦਿੱਲੀ ਕੌਮੀ ਮਾਰਗ ਤੇ ਕੀਤਾ ਜਾਮ ਅਤੇ ਰੇਲਵੇ ਟਰੈਕ ਖੋਲ ਦਿੱਤਾ ਹੈ 2 ਦਿਨ ਤੋਂ ਫਗਵਾੜਾ ਜਲੰਧਰ ਗੁਰਦਾਸਪੁਰ ਵਗੈਰਾ ਵਿੱਚ ਸਾਡੇ ਜਿਹੜੇ ਗੰਨੇ ਦੇ ਕਿਸਾਨ ਨੇ ਗੰਨਾ ਬੀਜਦੇ ਨੇ ਉਹਨਾਂ ਨੇ ਧਰਨਾ ਰੱਖਿਆ ਹੋਇਆ ਸੀ ਸੜਕਾਂ ਦੇ ਉੱਪਰ ਤਾਂ ਕਿ ਉਹਨਾਂ ਨੂੰ ਸਮਝਦੇ ਸੀ ਕਿ ਜਿੰਨੀ ਕੀਮਤ ਗੰਨੇ ਦੀ ਅਨਾਊਂਸ ਹੋਈ ਹੈ ਉਹਦੇ ਨਾਲ ਉਹਨਾਂ ਦਾ ਭੁਗਤਾ ਨਹੀਂ ਅਤੇ ਅੱਜ ਉਹਨਾਂ ਦਾ ਡੈਲੀਗੇਸ਼ਨ ਇੱਕ ਆਇਆ ਸੀ ਰਾਜੇਵਾਲ ਸਾਹਿਬ ਲੈ ਕੇ ਆਏ ਸੀ ਅਤੇ ਉਹਨਾਂ ਦੇ ਨਾਲ ਗੱਲਬਾਤ ਹੋਈ ਮੈਂ ਇਹਦੇ ਨਾਲ ਉਹਨਾਂ ਦੇ ਮੇਰੇ ਸਾਥੀ ਵੀ ਮੇਰੇ ਨਾਲ ਸੀ ਆਪਣੀ ਪਾਰਟੀ ਦੇ ਔਰ ਸਾਰਿਆਂ ਦੀ ਇਹੀ ਸਹਿਮਤੀ ਸੀ ਕਿ ਜੋ ਇਹ ਕਹਿ ਰਹੇ ਨੇ ਕਿਸਾਨ ਉਹ ਠੀਕ ਹੈ ਉਹਨਾਂ ਦੀ ਕੀਮਤ ਵਧਣੀ ਚਾਹੀਦੀ ਹੈ ਔਰ ਹਰਿਆਣੇ ਨੇ ਦਿੱਤਾ ਸੀ 358 ਰੁਪਏ ਅਸੀਂ 360 ਰੁਪਏ ਕੁਇੰਟਲ ਕਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਬਾਹਰ ਆ ਕੇ ਇਸ ਦੀ ਪੁਸ਼ਟੀ ਕੀਤੀ ਹੈ ਕਿ 5 ਦਿਨਾਂ ਬਾਅਦ ਜਲੰਧਰ ਦਿੱਲੀ ਰਾਸ਼ਟਰੀ ਮਾਰਗ ਅਤੇ ਜਲੰਧਰ ਦੇ ਧਨੋਵਾਲੀ ਰੇਲਵੇ ਫਾਟਕ ਤੇ ਜਾਮ ਖੋਲ ਦਿੱਤਾ ਗਿਆ ਇਸ ਫੈਸਲੇ ਤੇ ਉਹਨਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਸਾਨਾਂ ਨੇ ਹਾਈਵੇ ਅਤੇ ਟਰੈਕ ਤੇ ਲਗਾਏ ਗਏ ਟੈਂਟ ਹਟਾ ਦਿੱਤੇ ਨੇ ਗੰਨੇ ਦੇ ਰੇਟ ਵਿੱਚ ਵਾਧੇ ਤੋਂ ਬਾਅਦ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਮਿੱਠਾ ਕੀਤਾ ਹੈ ਬਹੁਤ ਧੰਨਵਾਦੀਆਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਮੁੱਖ ਮੰਤਰੀ ਪੰਜਾਬ ਜੀ ਇਹਨਾਂ ਨੇ ਅੱਜ ਕਿਸਾਨਾਂ ਨੂੰ ਏਡਾ ਵੱਡਾ ਤੋਹਫਾ ਦਿੱਤਾ ਹੈ ਵੀ ਜਿਹੜਾ ਏਡਾ ਵੱਡਾ ਜੰਪ ਕਦੀ ਗੰਨੇ ਦੀ ਕੀਮਤ ਵਧਾਉਣ ਵਾਸਤੇ ਨਹੀਂ ਸੀ ਮਿਲਿਆ ਇਤਿਹਾਸਕ ਕਦਮ ਹੈ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਕਿਸਾਨਾਂ ਨੂੰ ਮੈਂ ਸਮਝਦਾ ਇਹਦੇ ਨਾਲ ਬੂਸਟ ਮਿਲੇਗਾ ਗੰਨਾ ਹੋਰ ਵਧੇਗਾ ਤੇ ਸ਼ੂਗਰ ਮਿੱਲਾਂ ਨੂੰ ਵੀ ਸੰਭਾਲਣਾ ਜ਼ਰੂਰੀ ਹੈ ਸਾਰਾ ਰਲ ਮਿਲ ਕੇ ਅੱਗੋਂ ਲਈ ਇੱਕ ਨਵਾਂ ਜਿਹੜਾ ਹੈਗਾ ਨਵਾਂ ਕਦਮ ਚੁੱਕਿਆ ਗਿਆ ਹੈ ਮੈਂ ਇਹਦੇ ਲਈ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਇਸ ਮੌਕੇ ਤੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅੱਜ ਸੀਐਮ ਸਾਹਿਬ ਦੇ ਕੋਲ ਆਏ ਸੀ ਗੰਨੇ ਦੇ ਰੇਟ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਔਰ ਸੀਐਮ ਸਾਹਿਬ ਨੇ ਸਾਡੇ ਨਾਲ ਇਹ ਅੱਜ ਹੁਣ ਵਾਅਦਾ ਕੀਤਾ ਹੈ ਕਿ ਜਿਹੜਾ ਹਰਿਆਣਾ ਦਾ ਰੇਟ ਹੈ 358 ਰੁਪਏ ਉਹ 'ਚ 2 ਪਲੱਸ ਕਰਕੇ ਉਹ ਤੋਂ ਉੱਪਰ ਰੇਟ ਦਿੱਤਾ ਗਿਆ 360 ਰੁਪਏ ਅਨਾਊਂਸ ਕੀਤਾ ਹੈ ਔਰ 360 ਰੁਪਏ ਕਿਸਾਨਾਂ ਨੂੰ ਰੇਟ ਜਿਹੜਾ ਸੀਜ਼ਨ ਦਾ ਇਸ ਦਾ ਮਿਲੇਗਾ ਸੋ ਅਸੀਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਿਸਾਨਾਂ ਦੀ ਨਬਜ਼ ਨੂੰ ਸਮਝਦੇ ਹੋਏ ਕਿਸਾਨਾਂ ਦੇ ਦੁੱਖ ਦਰਦ ਨੂੰ ਸਮਝਦੇ ਹੋਏ ਅੱਜ ਇਹ ਰੇਟ ਅਨਾਊਂਸ ਕੀਤਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸੀਐਮ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ A South Asian Canadian channel.